ਸਤਿ ਸ਼੍ਰੀ ਅਕਾਲ ਦਾ ਚੰਨ ਕਮਲ ਸਿੰਘ ਓਲਡ ਆਯੁਰਵੇਦਾ ਧੂਰੀ ਪੰਜਾਬ ਤੋਂ ਸੁਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਤੁਹਾਡੇ ਨਾਲ ਨੁਸਖੇ ਸ਼ੇਅਰ ਕਰਦੇ ਹਾਂ। ਸਾਡੇ ਖਾਨਦਾਨੀ ਜਮੈਸੀ ਪ੍ਰਾਚੀਨ ਆਯੁਰਵੇਦ ਦੇ ਨੁਸਖੇ ਜੋ ਸਾਡੇ ਜਮਾਏ ਹੁੰਦੇ ਨੇ ਤੁਹਾਡੇ ਵਾਸਤੇ ਫਾਇਦੇਮੰਦ ਹੁੰਦੇ ਨੇ। ਸੋ ਪਹਿਲਾਂ ਸਭ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮਾਤਾਵਾਂ ਭੈਣਾਂ ਬਜ਼ੁਰਗ ਵੀਰ ਮੈਨੂੰ ਫੋਨ ਕਰਕੇ ਦੱਸਦੇ ਨੇ, ਮੈਨੂੰ ਦੁਆਵਾਂ ਦਿੰਦੇ ਨੇ, ਬਲੈਸਿੰਗ ਦਿੰਦੇ ਨੇ। ਸੋ ਸਭ ਦਾ ਧੰਨਵਾਦ ਕਰਦਾ। ਔਰ ਬਾਕੀ ਮੈਨੂੰ ਦੱਸ ਦਿਓ ਤੁਸੀਂ ਵੀ ਅਸੀਂ ਠੀਕ ਹੋਏ ਤੁਹਾਡੇ ਨੁਸਖੇ ਵਰਤ ਕੇ। ਔਰ ਬਾਕੀ ਇਹੀ ਕਾਮਨਾ ਕਰਦੇ ਹਾਂ ਅਸੀਂ ਅੱਗੇ ਨੂੰ ਪਰਮਾਤਮਾ ਤੋਂ ਵੀ ਸਾਡੇ ਦੱਸੇ ਨੁਸਖੇ ਤੁਹਾਡੇ ਵਾਸਤੇ ਚੰਗੇ ਸਾਬਤ ਹੋਣ, ਰਾਮਬਾਣ ਸਿੱਧ ਹੋਣ। ਸੋ ਅੱਜ ਦਾ ਨੁਸਖਾ ਮੇਰੇ ਵੀਰਾਂ ਲਈ, ਨੌਜਵਾਨ ਜਾਂ ਵੱਡੀ ਉਮਰ ਦੇ ਛੋਟੀ ਉਮਰ ਦੇ ਵੀਰ ਮੈਨੂੰ ਫੋਨ ਕਰਦੇ ਨੇ, ਪੁੱਛਦੇ ਨੇ ਵੀ ਸਾਨੂੰ ਦੱਸੋ ਜੀ ਸਾਡਾ ਜੋ ਵੀਰ ਹੈ, ਸਾਡਾ ਵੀਰ ਗਾੜਾ ਕਰਨ ਵਾਸਤੇ, ਜੋ ਸਾਡਾ ਸੀਮਨ ਹੈ, ਸਾਡਾ ਜੋ ਸ਼ੁੱਕਰ ਹੈ ਉਹਨੂੰ ਗਾੜਾ ਕਰਨ ਵਾਸਤੇ ਅਸੀਂ ਕੀ ਚੀਜ਼ਾਂ ਦਾ ਪ੍ਰਯੋਗ ਕਰੀਏ, ਕੀ ਖਾਈਏ। ਔਰ ਮੈਂ ਘਰੇ ਦੱਸੂੰਗਾ ਤੁਸੀਂ ਘਰੇਲੂ ਜੋ ਚੀਜ਼ਾਂ ਵਰਤ ਕੇ ਘਰੇਲੂ ਨੁਸਖਾ ਦੱਸੂਗਾ ਵੀ ਜਿਹਦੇ ਨਾਲ ਤੁਸੀਂ ਆਪਣਾ ਵੀਰੇ ਗਾੜਾ ਕਰ ਸਕਦੇ ਹੋ। ਵੀਰੇ ਦੇ ਵਿੱਚ ਬਹੁਤ ਜ਼ਿਆਦਾ ਪਤਲਾਪਣ ਆ ਗਿਆ, ਗਰਮੈਸ਼ ਪੈ ਗਈ, ਅੰਦਰ ਗਰਮੀ ਪੈ ਗਈ, ਔਰ ਉਹਨੂੰ ਠੀਕ ਕਰਨ ਵਾਸਤੇ ਨੁਸਖਾ ਇਹ ਬਿਲਕੁਲ ਆਸਾਨ ਜਾਂ ਬਿਲਕੁਲ ਸਸਤਾ, ਇਹ ਤੁਸੀਂ ਆਪਣੇ ਘਰ ਕਰ ਸਕਦੇ ਹੋ। ਬਾਕੀ ਤੁਸੀਂ ਮੈਨੂੰ ਪੁੱਛਦੇ ਹੋ ਵੀ ਦਵਾਈ ਭੇਜਣੀ ਆ ਜੀ, ਸਾਨੇ ਦਵਾਈ ਮੰਗਾਉਣੀ ਆ ਵੀ ਕਿੰਨੇ ਦੀ ਹੋਊਗੀ ਗੱਲਬਾਤ, ਉਹ ਤੁਸੀਂ ਸਾਰਾ ਮੇਰੇ ਇਸ ਨੰਬਰ 'ਤੇ ਵਟਸਐਪ ਕਰਕੇ ਜਾਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਦਵਾਈਆਂ ਅਸੀਂ ਸਾਰੇ ਕਿਤੇ ਭੇਜ ਦਿੰਦੇ ਹੁੰਦੇ ਹਾਂ। ਬਾਕੀ ਦੇਖਦੇ ਤੇ ਸਿੰਪਲ ਜਿਹਾ ਫਾਰਮੂਲਾ, ਜੋ ਸ਼ੀਸ਼ਮ ਦਾ ਪੇੜ ਹੁੰਦਾ, ਟਾਹਲੀ ਦਾ ਪੇੜ ਕਹਿੰਦੇ ਨੇ ਪੰਜਾਬੀ 'ਚ, ਟਾਹਲੀ ਆਮ ਕਰਕੇ ਬਹੁਤ ਜ਼ਿਆਦਾ ਇੱਥੇ ਸਾਨੂੰ ਟਾਹਲੀ ਬਹੁਤ ਟਾਹਲੀ ਦੇ ਪੇੜ ਮਿਲਦੇ ਨੇ। ਸੋ ਟਾਹਲੀ ਦੇ ਪੱਤੇ ਲੈਣੇ ਤੁਸੀਂ ਜਿੱਦਾਂ ਮੁੱਠੀ, ਇੱਕ ਮੁੱਠੀ ਟਾਹਲੀ ਦੇ ਤਾਜ਼ੇ ਪੱਤੇ ਲੈਣੇ ਨੇ ਹਰੇ, ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲਓ। ਵੀਰੇ ਪਤਲਾ ਜਿਹਨਾਂ ਦਾ ਜਾਂ ਧਾਤ ਪੈਂਦੀ ਹੈ ਜਾਂ ਸੁਪਰ ਦੋਸ਼ ਹੁੰਦਾ, ਸੋ ਵੀਰੇ ਦੋ ਜਿੰਨੇ ਵੀ ਨੇ ਸ਼ੁੱਕਰ ਦੋਸ਼ ਜਿੰਨੇ ਵੀ ਨੇ ਉਹ ਸਾਰਿਆਂ ਨੂੰ ਠੀਕ ਕਰੂਗਾ ਇਹ। ਸੋ ਸ਼ੀਸ਼ਮ ਦੇ ਪੱਤਿਆਂ ਦਾ ਮੁੱਠੀ ਭਰ ਪੱਤੇ ਲੈਣੇ ਆਪਾਂ ਨੇ ਤਾਜ਼ੇ ਹਰੇ, ਉਹ ਪੱਤਿਆਂ ਨੂੰ ਲੈ ਕੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣਾ ਚੀਨੀ ਦੇ ਬਰਤਨ ਦੇ ਵਿੱਚ ਪਾਣੀ ਪਾ ਕੇ ਆਪਾਂ ਨੇ ਉਹਨਾਂ ਨੂੰ ਭਿਉਂ ਦੇਣਾ, ਰਾਤ ਨੂੰ ਭਿਉਂ ਕੇ ਰੱਖ ਦੇਣਾ ਅਤੇ ਸਵੇਰੇ ਉਹਨਾਂ ਨੂੰ ਗ੍ਰੈਂਡ ਕਰ ਲੈਣਾ ਆਪਾਂ ਨੇ। ਗ੍ਰੈਂਡ ਕਰਕੇ ਜਿੱਦਾਂ ਮਿਕਸੀ ਦੇ ਵਿੱਚ ਗ੍ਰੈਂਡ ਕਰ ਲਓ, ਗ੍ਰੈਂਡ ਕਰਕੇ ਉਹ ਪੱਤਿਆਂ ਨੂੰ ਆਪਾਂ ਨੇ ਵਿੱਚ ਥੋੜ੍ਹਾ ਜਿਹਾ ਚੀਨੀ ਪਾ ਲਓ, ਇੱਕ ਦੋ ਚਮਚੇ ਚੀਨੀ ਦੇ ਸ਼ੱਕਰ ਦੇ ਵਿੱਚ ਪਾ ਸਕਦੇ ਹਾਂ ਆਪਾਂ, ਉਹਨੂੰ ਗ੍ਰੈਂਡ ਕਰਕੇ ਸਵੇਰੇ ਖਾਲੀ ਪੇਟ ਆਪਾਂ ਨੇ ਉਹ ਪਾਣੀ ਪੀਣਾ, ਪੁਣ ਕੇ ਉਹ ਪਾਣੀ ਨੂੰ ਪੁਣ ਕੇ ਸਵੇਰੇ ਛਾਲਣੀ ਨਾਲ, ਜਿਵੇਂ ਚਾਹ ਪਾਣੀ ਨਾਲ ਪੁਣ ਕੇ ਉਹ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਲਗਾਤਾਰ ਹਫ਼ਤਾ 10 ਦਿਨ ਦਾ ਪ੍ਰਯੋਗ ਕਰੋ ਤੁਸੀਂ, ਬਿਲਕੁਲ ਤੁਹਾਡੀ ਸਮੱਸਿਆ ਇਹ ਜੜ੍ਹ ਤੋਂ ਠੀਕ ਹੋ ਜਾਏਗੀ। ਧਾਤ ਪੈਂਦੀ ਹੈ ਚਾਹੇ ਸੁਪਰ ਦੋਸ਼ ਹੁੰਦਾ ਜਾਂ ਵੀਰੇ ਤੁਹਾਡਾ ਗਾੜਾ ਮਤਲਬ ਗਾੜਾ ਕਰਨ ਵਾਸਤੇ ਵੀਰੇ ਪਤਲਾ ਪੈ ਗਿਆ, ਤੁਹਾਡੀ ਜੋ ਵੀਰੇ ਦੇ ਵਿੱਚ ਗਰਮੀ ਵਧੀ ਹੋਈ ਆ ਉਹਨੂੰ ਠੀਕ ਕਰਨ ਵਾਸਤੇ ਇਹ ਬਹੁਤ ਵਧੀਆ ਨੁਸਖਾ, ਇਹਦੇ ਨਾਲ ਤੁਸੀਂ ਲਾਭ ਲੈ ਸਕਦੇ ਹੋ। ਬਾਕੀ ਹੋਰ ਨੁਸਖਾ ਇੱਕ ਦੱਸਣ ਲੱਗਿਆ, ਮੈਂ ਅੱਜ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਿੰਨ ਨੁਸਖੇ ਦੱਸੂਗਾ ਜਿਹੜਾ ਤੁਸੀਂ ਕਰਨਾ, ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਕਰ ਸਕਦੇ ਹੋ। ਦੂਜਾ ਨੁਸਖਾ ਕੀ ਹੈ, ਇਮਲੀ ਦੇ ਬੀਜ ਲੈਣੇ ਨੇ, ਪੰਸਾਰੀ ਤੋਂ ਮਿਲ ਜਾਂਦੇ ਨੇ, ਐਡੇ ਇਮਲੀ ਦੇ ਬੀਜ ਹੁੰਦੇ ਨੇ, ਐਡੇ ਬੀਜ ਹੁੰਦੇ ਨੇ ਇਮਲੀ ਦੇ, ਇਮਲੀ ਦਾ ਬੀਜ ਲੈ ਕੇ ਉਹਨੂੰ ਭੰਨ ਕੇ ਉਹਦੇ ਵਿੱਚੋਂ ਗਿਰੀ ਕੱਢਣੀ ਆ, ਵਾਈਟ ਕਲਰ ਦੀ ਸਫੇਦ ਕਲਰ ਦੀ ਗਿਰੀ ਹੁੰਦੀ ਆ ਉਹਦੀ, ਉਹ ਗਿਰੀ ਕੱਢ ਕੇ ਇਮਲੀ ਦੇ ਬੀਜ ਦੀ ਉਹ ਗਿਰੀ ਦਾ ਤੁਸੀਂ ਚੂਰਨ ਕਰ ਲੈਣਾ, ਜਿਵੇਂ ਜਿੰਨੀ ਲਿਆਉਣੀ ਉਹਦੀ 100 ਗ੍ਰਾਮ ਲਿਆਉਣੀ ਆ, 50 ਗ੍ਰਾਮ ਲਿਆਉਣੀ, ਜਿੰਨੀ ਮਰਜ਼ੀ ਲਿਆਓ, ਉਹਦਾ ਚੂਰਨ ਕਰਕੇ ਰੱਖ ਲਓ। ਤਕਰੀਬਨ ਉਹਦਾ ਚਮਚੇ ਦਾ ਚੌਥਾ ਹਿੱਸਾ ਦਿਨ 'ਚ ਸਵੇਰੇ ਔਰ ਸ਼ਾਮ ਨੂੰ ਲੈਣਾ, ਉਹ ਉੱਪਰ ਦੀ ਕੋਸਾ ਦੁੱਧ ਪੀਣਾ, ਜਿਵੇਂ ਕੋਸੇ ਦੁੱਧ ਨਾਲ ਗਰਮ ਹੋਇਆ ਦੁੱਧ ਠੰਡਾ ਕਰਕੇ, ਉਬਲਿਆ ਹੋਇਆ ਦੁੱਧ ਠੰਡਾ ਕਰਕੇ ਨੋਰਮਲ ਜਿਹਾ ਕੋਸਾ ਜਿਹਾ, ਉਹਦੇ ਨਾਲ ਉਹ ਚਮਚੇ ਦਾ ਚੌਥਾ ਇੱਕ ਹਿੱਸਾ ਸੇਵਨ ਕਰਨਾ ਸਵੇਰੇ ਔਰ ਸ਼ਾਮ ਨੂੰ, 2 ਟਾਈਮ ਲੈਣਾ ਉਹ, ਜਿਵੇਂ ਰੋਟੀ ਖਾਣ ਤੋਂ ਘੰਟਾ 2 ਘੰਟੇ ਬਾਅਦ ਜਾਂ ਪਹਿਲਾਂ ਲੈ ਸਕਦੇ ਹੋ। ਸੋ ਇਹ ਜੋ ਚੂਰਨ ਹੈ ਇਮਲੀ ਦੇ ਬੀਜਾਂ ਦਾ, ਇਹਦੇ ਨਾਲ ਵੀ ਤੁਹਾਡਾ ਵੀਰੇ ਗਾੜਾ ਹੋਊਗਾ, ਜੋ ਵੀਰੇ ਵਿੱਚ ਦੀ ਗਰਮੀ ਵਧੀ ਹੋਈ ਹੈ ਔਰ ਤੁਹਾਡੀ ਸਤੰਭਕ ਸ਼ਕਤੀ ਜੋ ਘੱਟ ਗਈ, ਜੋ ਤੁਹਾਡੀ ਕਹਿੰਦੀ ਸਟੈਮਿਨਾ ਘੱਟ ਗਿਆ, ਉਹਨੂੰ ਠੀਕ ਕਰੂਗਾ ਇਹ। ਔਰ ਇਹਦੇ ਨਾਲ ਤੁਸੀਂ ਲਾਭ ਲੈ ਸਕਦੇ ਹੋ, ਬਹੁਤ ਵਧੀਆ ਫਾਇਦੇਮੰਦ ਇਹ ਦੋ ਨੁਸਖੇ ਤੁਹਾਨੂੰ ਦੱਸੇ ਨੇ, ਬਿਲਕੁਲ ਕਾਰਗਰ ਨੇ, ਸਾਡੇ ਜਮਾਏ ਹੋਏ ਨੇ, ਆਮ ਅਸੀਂ ਆਮ ਬਣਾ ਕੇ ਵੀ ਮਰੀਜ਼ਾਂ ਨੂੰ ਦਿੰਦੇ ਹਾਂ ਇਹ। ਸੋ ਇਸ ਤੋਂ ਇਲਾਵਾ ਤੁਸੀਂ ਮੈਨੂੰ ਪੁੱਛਦੇ ਹੋ ਵੀ ਦਵਾਈ ਕਿਵੇਂ ਮੰਗਾਈਏ, ਬਾਕੀ ਤੁਸੀਂ ਮੈਨੂੰ ਵਟਸਐਪ 'ਤੇ ਜਾਂ ਫੋਨ ਕਰਕੇ ਪੁੱਛ ਸਕਦੇ ਹੋ ਸਾਰਾ। ਬਾਕੀ ਸਭ ਦਾ ਧੰਨਵਾਦ ਕਰਦਾ ਮੈਂ, ਔਰ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਸਬਸਕ੍ਰਾਈਬ ਨਹੀਂ ਕਰੇ ਸਬਸਕ੍ਰਾਈਬ ਕਰ ਲਿਓ, ਔਰ ਚੈਨਲ ਨੂੰ ਲਾਈਕ ਕਰ ਦਿਆ ਕਰੋ ਅਗਰ ਵੀਡੀਓ ਚੰਗੀ ਲੱਗੀ ਹੋਵੇ, ਅਗਰ ਨਾ ਚੰਗੀ ਲੱਗੀ ਹੋਵੇ ਡਿਸਲਾਈਕ ਕਰ ਦਿਆ ਕਰੋ, ਅਗਰ ਚੰਗੀ ਲੱਗੀ ਹੋਵੇ ਲਾਈਕ ਕਰ ਦਿਆ ਕਰੋ। ਸੋ ਸਭ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।